ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਅੱਜ ਦੇ ਵਲੋਗ 'ਚ। ਅੱਜ ਆਪਾਂ ਵਾਹਵਾਂਗੇ ਜ਼ਮੀਨ ਪਿੰਦਰ ਸੀ ਅਤੇ ਪਿੰਦਰ ਨੇ ਤੇਲ ਪਾਉਣਾ ਸੀ ਆਪਣੇ ਘਰੋਂ ਪਾ ਲਿਆ ਅਤੇ ਦੋ ਗੱਲਾਂ ਸੁੱਟ ਲਵੇ ਟੈਂਕੀ ਭਰ ਲਈ ਅਤੇ ਮਗਰ ਪਿੰਦਰ ਜੋਨਡੀਅਰ ਨਾਲ ਵਾਹਵਾਂਗੇ ਅੱਜ। ਤੁਹਾਨੂੰ ਜੋਨਡੀਅਰ ਕਰਾਂਗੇ ਆਪਾਂ ਚੈੱਕ ਅਤੇ ਜੋਨਡੀਅਰ ਦੀ ਐਵਰੇਜ ਕੱਢਾਂਗੇ ਅੱਜ। ਕਿੰਨੇ ਕਿੱਲੇ ਆ ਪਿੰਦਰ ਰੋਣੀ? 11 ਕਿੱਲੇ, 11 ਨੂੰ ਦੂਰ ਅਤੇ ਫਿਰ 11 ਨੂੰ ਸੁਹਾਗਾ। ਪਹਿਲਾਂ ਆਪਾਂ ਕਲਟੀਵੇਟਰਾਂ ਦੇ 5 ਕਿੱਲਿਆਂ ਦੀ ਐਵਰੇਜ ਕੱਢ ਕੇ ਵੇਖਾਂਗੇ। ਬਾਹਲਾ ਲੰਬਾ ਤਾਂ ਫਿਰ ਵੀਡੀਓ ਬਾਹਲੀ ਲੰਮੀ ਹੋ ਜਾਂਦੀ ਆ, ਵੀ ਕਿੰਨਾ ਨੂੰ ਦੱਸਦਾ ਕਿੰਨਾ ਡੀਜ਼ਲ ਖਾਧਾ ਸਾਰਾ। ਅਤੇ ਕਲਟੀਵੇਟਰ 13 ਕਿਹੜੇ, ਪਹਿਲੇ ਹਾਈ 'ਚ ਕਿ ਟਾਪ ਲੋ 'ਚ? ਦੂਜੇ ਹਾਈ 'ਚ ਮਾਰੇਗਾ, ਦੂਜੇ ਹਾਈ 'ਚ ਹੀ ਵਾਹੂਗਾ ਜੀ। ਅਤੇ ਆਪਾਂ ਵੀ 4 ਗੇੜੇ ਲਵਾਂਗੇ ਅਤੇ ਤੁਹਾਨੂੰ ਦਿਖਾਵਾਂਗੇ, ਨਾਲੇ ਰੀਲਾਂ ਰੂਲਾਂ ਜਿਹੀਆਂ ਸ਼ੂਟ ਕਰਾਂਗੇ ਅਤੇ ਪਾਵਾਂਗੇ। ਹੁਣ ਪੀ ਇਹਨੇ ਚਾਹ, ਤੇਲ ਪਾ ਲਿਆ ਅਤੇ ਚਲੋ ਹੁਣ ਫਿਰ ਤੁਹਾਨੂੰ ਦਿਖਾਉਣੇ, ਅੱਗੇ ਮਿਲਦੇ ਹਾਂ ਖੇਤ। ਲੈ ਮਿੱਤਰੋ ਚੱਲਦੇ ਆਪਾਂ, ਹੋ ਗਿਆ ਸਟਾਰਟ ਆਕੜਾ ਝੋਟਾ। ਓਏ ਯਾਰ ਜਿੰਦਰ ਕੇ, ਹੈਂ ਹੋਰ ਉਹਦੇ ਆਪਣੀ ਉਹਦੇ ਦੇ ਜੀਪੀਏ ਦੇ ਇੱਧਰ ਮਿੱਤਰੋ ਪਿੰਦਰ ਪਾਈ ਜਾਂਦਾ ਹਾਲ। ਹੜ ਪਾ ਕੇ ਚੱਲ ਮਾਰ ਲੱਤ ਪੈ ਗਿਆ। ਆਪਾਂ ਚੱਲਾਂਗੇ ਤੇ ਤੁਹਾਨੂੰ ਦਿਖਾਵਾਂਗੇ ਸੀਸਾ ਸੈੱਟ। ਸੁਹਾਗਾ ਕਿੱਥੇ ਪਿਆ? ਓਏ ਉੱਥੇ ਹੀ ਆ, ਉੱਚਾ ਨੀ ਮੈਂ ਉੱਥੇ ਹੀ ਵੇਖ ਲਈ। ਓਏ ਵਾਹ ਨੀ ਥਾਂ ਹੀ ਉੱਚਾ ਨੀ ਮੈਂ ਕਹਿੰਦਾ ਹੈ ਨੀ ਤੂੰ ਕਾਮਯਾਬ ਕਿਸਾਨ, ਤੂੰ ਕਿਸਾਨ ਹੈ ਨੀ ਕਾਮਯਾਬ। ਹੁਣ ਮੈਨੇ ਕਰਕੇ ਲੋ ਵੀ ਮਿੱਤਰ ਆਪਾਂ ਪਹੁੰਚ ਗਏ ਖੇਤ ਤੇ। ਆ ਪਿੰਡ ਦੇ ਨਾਲ ਹੀ ਆ, ਪਿੰਡ ਦੇ ਨਾਲ ਹੀ ਇਹਨਾਂ ਦਾ ਖੇਤ ਆ। ਆ ਰੋਣੀ ਆ 5 ਕਿੱਲੇ, 5 ਇੱਥੇ ਸੀ ਪਰ 5 ਇੱਥੇ ਜਿਹੜੇ ਪਹਿਲਾਂ ਆਹ ਵਾਹਾਂਗੇ 5 ਕਿੱਲੇ। ਆ 5 ਕਿੱਲਿਆਂ ਦੇ ਕਰੋ ਜੇ ਚੈੱਕ। ਓ ਤੂੰ ਵਾਹੇਂਗਾ, ਮੈਂ ਤਾਂ ਉਤਰਦਾ, ਮੈਂ ਵੀਡੀਓ ਬਣਾਉਣਾ, ਤੂੰ ਹਾਲ ਸੈੱਟ ਕਰ ਦੇ ਬਾਅਦ 'ਚ ਮੈਂ ਆਉਂਦਾ। ਓਏ ਡੀਜ਼ਲ ਕਿੰਨਾ? 54 ਲੀਟਰ, 54 ਲੀਟਰ ਡੀਜ਼ਲ ਆ ਮਿੱਤਰੋ। ਗਏ ਆਪਾਂ ਘਰੋਂ ਮਾਰ ਕੇ ਤੁਰੇ ਸੀਗੇ ਅਤੇ ਵੀਡੀਓ ਬਣਾਉਣੀ ਭੁੱਲ ਗਏ, ਇਹਦੇ 54 ਲੀਟਰ ਡੀਜ਼ਲ ਹੈ। ਚਲੋ ਤੁਹਾਨੂੰ ਦਿਖਾਉਣੇ ਆ, ਚਲੋ ਜਾ ਦੂਜਾ ਆ ਹੀ ਆ। ਠੀਕ ਲਾ ਕੇ ਹਲ ਖਿੱਚੀ ਜਾਂਦਾ ਹੈਗਾ, ਵੀ ਪਹਿਲੇ ਜਾਂ ਟਾਪ ਲੋ ਜਿੰਨੇ ਲਾ ਕੇ ਤਾਂ ਨਹੀਂ ਚਾਹੀਦਾ, ਪਰ ਠੀਕ ਹੈ, ਠੀਕ ਆ, ਪੱਟੀ ਹੁੰਦਾ ਮਤਲਬ ਕਿ ਵਾਹਣ ਔੜੇ ਤਾਂ ਪਏ ਜਾਂ ਨਹੀਂ ਤਾਂ ਜੇ ਸਹੀ ਹਲ ਲੱਗੇ ਹੋਣ ਤਾਂ ਵਿੱਚ ਤੁਰਿਆ ਨਹੀਂ ਜਾਂਦਾ, ਵੀ ਇੰਨਾ ਪੱਕਾ ਹੀ ਆ ਵਾਹਣ ਆਹ। ਮਿੱਤਰੋ ਟਾਪ ਲੋ ਲਵਾ ਤਾ ਇਹ ਹੁਣ, ਮਗਰ ਰਹਿਣ ਦੇ ਟਰੈਕਟਰ ਦੱਬ ਕੇ ਚੱਲਦਾ, ਕਾਹਨੂੰ ਐਵੇਂ ਤੇਲ ਖਾ ਜਾਣਾ ਇਹਨੇ ਉਨਾ ਹੀ ਵੱਧ। ਟਾਪ ਲੋ 'ਚ ਕਰਤਾ ਹੁਣ, ਟਾਪ ਲੋ 'ਚ ਵਾਹਵਾਂਗੇ ਆਪਾਂ।
ਨਾਲੇ ਐਵਰੇਜ ਸਹੀ ਦਊਗਾ ਯਾਰ, ਲੀਟਰ ਕਿੱਲਾ ਵਾਊਗਾ, ਸਵਾ ਲੀਟਰ ਕਿੱਲਾ, ਨਾਲੇ ਹਲ ਵਧੀਆ ਲੱਗਣਗੇ। ਦੂਜੇ ਚ ਹਲ ਨਹੀਂ ਇੰਨੇ ਲਾਉਂਦਾ, ਕੋਈ ਟਰੈਕਟਰ ਕਿੱਡਾ ਮਰਜ਼ੀ ਆ। ਮਿੱਤਰੋ ਆਹ ਕੈਰਾ ਜਿਹਾ ਰਹਿ ਗਿਆ, ਆਹ ਲੰਮਾ ਤੇ ਜਿਹੜਾ ਇੱਥੇ ਰਹਿ ਗਿਆ, ਬਾਕੀ ਮੱਥੇ ਰਹਿ ਗਏ। ਇਹਨੂੰ ਕੈਰ ਹੀ ਲਾਵਾਂਗੇ, ਕਿਹੜਾ 5 ਕਿੱਲੇ ਆ, ਕੈਰ ਲਾ ਕੇ ਇਹਦੇ ਬਾਅਦ 'ਚ ਸੁਹਾਗਣਾ, ਬਾਅਦ 'ਚ ਥੋੜ੍ਹੇ ਦਿਨ ਰੁੱਕ ਕੇ ਵਾਹਵਾਂਗੇ, ਜੇ ਲੈਣਾ ਵਾਹਣ ਫਿਰ ਲੱਗ ਜੂਗਾ। ਅਤੇ ਉਸ ਤੋਂ ਬਾਅਦ ਸੁਹਾਗਾ ਮਾਰਦੇ ਹਾਂ, ਉਸ ਤੋਂ ਬਾਅਦ ਤੁਹਾਨੂੰ ਡੀਜ਼ਲ ਦਿਖਾਉਣੇ ਕਿੰਨਾ ਖਾ ਗਿਆ ਇਹ, 5 ਕਿੱਲੇ ਪੂਰੇ ਆ ਅਤੇ 5 ਕਿੱਲੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਕਿੰਨਾ ਡੀਜ਼ਲ ਖਾ ਗਿਆ। 53 ਲੀਟਰ ਸੀਗਾ ਮਤਲਬ 54 ਲੀਟਰ, ਅਤੇ ਵੇਖਦੇ ਹਾਂ ਕਿੰਨਾ ਕੁ ਡੀਜ਼ਲ ਖਾ ਗਿਆ ਹੋਊਗਾ। ਚਲੋ ਫਿਰ ਤੁਹਾਨੂੰ ਕਰਾਉਣੇ ਆ ਅੱਗੇ ਚੈੱਕ। ਲੋ ਮਿੱਤਰ ਆਈ ਜਾਂਦਾ ਅਤੇ ਤਰ੍ਹਾਂ ਗੈਰ ਹੀ ਪਾਉਣੀ ਹੈ ਅੰਦਰ ਓਪੈ
ਮੇਰਾ ਹੈ ਆਪਣਾ ਗਵਾਂਢੀ ਤੇ ਉਹ ਭਰਾ ਹੀ ਹੈ ਮੇਰਾ ਭਰਾ ਹੀ ਤਾਂ ਹੈ ਤੇ ਉਹਨਾਂ ਮੇਰੀ ਬਹੁਤ ਮੰਨਦੀ ਹੈ ਗੁੱਡ ਫਰੈਂਡ ਆ ਪੂਰਾ ਕਹਿਣ ਦਾ ਮਤਲਬ ਮੈਂ ਇਹਦੇ ਨਾਲ ਹੀ ਹੁੰਦਾ ਇੱਥੇ ਉਸ ਤੋਂ ਬਾਅਦ ਸਕੂਲ ਤੋਂ ਬਾਅਦ ਇਹਦੇ ਨਾਲ ਫਿਰਦੇ ਫੁਰਦੇ ਰਹੀ ਜਾਗਾ ਇਹਦੇ ਨਾਲ ਹੀ ਹੁੰਦੇ ਆ ਕਿਤੇ ਮੇਰੇ ਨਾਲ ਫਿਰ ਚੱਲ ਵੜਦਾ ਮੈਂ ਇਹਦੇ ਨਾਲ ਤੁਰਿਆ ਫਿਰਦਾ ਰਹਿੰਦਾ ਜੇ ਛੁੱਟੀ ਹੁੰਦੀ ਆ ਇਹਦੇ ਨਾਲ ਮੇਰੀ ਪੂਰੀ ਬਣ ਰਹੀ ਆ ਮਿੱਤਰੋ ਵਾਹਣ ਤਾਂ ਗਿਆ ਵਾਗ ਪੰਜ ਕਿੱਲੇ ਸੀ ਪੂਰੇ ਹੋਏ ਟਾਪ ਲੋ ਜੀ ਮਾਰੇ ਆ ਤਿੰਨ ਚਾਰ ਕਿਹੜੀ ਲਾਏ ਆ ਦੂਜੇ ਹਾਏ 'ਚ ਕਿੰਨਾ ਡੀਜ਼ਲ ਆ ਇੱਧਰ ਕਰੀ ਅੜਤਾਲੀ ਅੜਤਾਲੀ ਲੀਟਰ ਡੀਜ਼ਲ ਆ ਕਿੰਨਾ ਖਾ ਗਿਆ ਖਾ ਗਿਆ ਛੇ ਲੀਟਰ ਖਾਧਾ ਅੜਤਾਲੀ ਨਹੀਂ ਉਣੰਜਾ ਘੱਟ ਪੰਜਾਹ ਪੰਜ ਲੀਟਰ ਖਾਧਾ ਯਾਰ ਲੀਟਰ ਕਿੱਲਾ ਹੀ ਖਾਧਾ ਲੀਟਰ ਕਿੱਲਾ ਖਾਧਾ ਕਲਟੀਵੇਟਰਾਂ ਤੇ ਮੱਥੇ ਮੱਥੇ ਕੱਢ ਕੇ ਕਹਿਰ ਹੀ ਲਾਵਾਂਗੇ ਇਹਨੂੰ ਲੀਟਰ ਕਿੱਲਾ ਹੀ ਖਾਧਾ ਜੀ ਲੀਟਰ ਕਿੱਲਾ ਖਾਧਾ ਚਲੋ ਚੋਪਣ ਸੀ ਤੇ ਘੱਟ ਪੰਜਾਹ ਪੰਜ ਲੀਟਰ ਖਾਧਾ।